ਇੱਕ ਮੇਰਾ ਯਾਰਾ ਇੱਕ ਉਹਦੀ ਯਾਰੀ ਯਹੀ ਅਰਦਾਸ ਹੈ ਮੇਰੀ। ਵਹੀ ਮੇਰਾ ਸੱਚ ਹੈ ਵਹੀ ਮੇਰੀ ਜ਼ਿੱਦ ਵੀ ਦਿਲ ਵਿੱਚ ਸਾਂਸ ਹੈ ਮੇਰੀ। ਨਮਸਕਾਰ, ਮੈਂ ਹੂੰ ਆਪਕੇ ਸਾਥ ਬਾਗੀਸ਼ਰ। ਆਪ ਦੇਖ ਰਹੇ ਹੈ ਟੈਲੈਂਟਡ ਇੰਡੀਆ ਨਿਊਜ਼, ਔਰ ਸੀਧੇ ਚਲਤੇ ਹੈ ਟੈਲੀਵਿਜ਼ਨ ਦੁਨੀਆ ਕੀ ਔਰ। ਸੋਨੀ ਟੀਵੀ ਪਰ ਪ੍ਰਸਾਰਿਤ ਹੋ ਰਹੇ ਇੰਡੀਅਨ ਆਈਡਲ ਕੀ 11ਵੀਂ ਸੀਜ਼ਨ ਮੇ ਯੂੰ ਤੋ ਸਭੀ ਪ੍ਰਤਿਭਾਗੀ ਆਪਣੀ ਪ੍ਰਤਿਭਾ ਸੇ ਜੱਜ ਔਰ ਦਰਸ਼ਕੋ ਕੋ ਹੈਰਾਨ ਕਰ ਰਹੇ ਹੈ। ਲੇਕਿਨ ਇਸ ਸ਼ੋਅ ਮੇ ਇੱਕ ਪ੍ਰਤਿਭਾਗੀ ਐਸੇ ਵੀ ਹੈ ਜੋ ਦੇਸ਼ ਕੇ ਲਾਖੋਂ ਅਭਾਵਗ੍ਰਸਤ ਯੁਵਾਓਂ ਕੇ ਲੀਏ ਵੀ ਮਿਸਾਲ ਹੈ। ਐਸੇ ਹੀ ਇੱਕ ਪ੍ਰਤਿਭਾਗੀ ਹੈ ਸਨੀ ਹਿੰਦੁਸਤਾਨੀ, ਜੋ ਇੱਕ ਐਸੇ ਪਰਿਵਾਰ ਸੇ ਆਤੇ ਹੈ ਜਿਨਕੇ ਲੀਏ ਦੋ ਵਕਤ ਕੀ ਰੋਟੀ ਕਾ ਇੰਤਜ਼ਾਮ ਕਰ ਪਾਨਾ ਵੀ ਮੁਸ਼ਕਿਲ ਥਾ। ਐਸੇ ਮੇ ਸਨੀ ਨੇ ਆਪਣੀ ਲਗਨ ਸੇ ਯਹ ਮੁਕਾਮ ਹਾਸਿਲ ਕੀਆ ਹੈ। ਜਬ ਸਨੀ ਇੰਦੌਰ ਆਏ ਥੇ ਤੋ ਉਨ੍ਹੋਂਨੇ ਆਪਣੀ ਕਹਾਣੀ ਹਮਸੇ ਸਾਂਝਾ ਕੀ, ਲੇਕਿਨ ਉਨਕੇ ਉਸ ਅਭਾਵ ਕਾ ਅਸਰ ਉਨਕੀ ਗਾਇਕੀ ਮੇ ਕਹੀਂ ਵੀ ਨਜ਼ਰ ਨਹੀਂ ਆਤਾ ਹੈ। ਸਨੀ ਜਬ ਵੀ ਗਾਤੇ ਹੈ ਤੋ ਸਭੀ ਕੋ ਮਦਹੋਸ਼ ਕਰ ਦੇਤੇ ਹੈ। ਸਨੀ ਨੇ ਟੈਲੈਂਟਡ ਇੰਡੀਆ ਨਿਊਜ਼ ਕੇ ਲੀਏ ਵੀ ਇੱਕ ਗਾਣਾ ਗਾਇਆ ਹੈ। ਆਈਏ ਸੁਣਤੇ ਹੈ ਕਿ ਸਨੀ ਨੇ ਆਪਣੇ ਚਾਹਨੇ ਵਾਲੇ ਕੋ ਕਿਸ ਗਾਣੇ ਕੀ ਸੌਗਾਤ ਦੀ। ਜੀ ਨਮਸਕਾਰ ਟੈਲੈਂਟਡ ਇੰਡੀਆ ਨਿਊਜ਼, ਔਰ ਆਪ ਸਭੀ ਕੋ ਨਮਸਕਾਰ ਕਿ ਆਪ ਸਰ ਕਾ ਚੈਨਲ ਦੇਖਤੇ ਹੋ ਔਰ ਮੁਝੇ ਇਤਨਾ ਪਿਆਰ ਦੇਤੇ ਹੋ, ਤੋ ਆਪਕੇ ਲੀਏ ਕੁਛ ਚੰਦ ਲਾਈਨੇ। ਇੱਕ ਮੇਰਾ ਯਾਰਾ ਇੱਕ ਉਹਦੀ ਯਾਰੀ ਯਹੀ ਅਰਦਾਸ ਹੈ ਮੇਰੀ। ਵਹੀ ਮੇਰਾ ਸੱਚ ਹੈ ਵਹੀ ਮੇਰੀ ਜ਼ਿੱਦ ਵੀ ਦਿਲ ਵਿੱਚ ਸਾਂਸ ਹੈ ਮੇਰੀ। ਰੁੱਠੇ ਨੂੰ ਮਨਾਉਣਾ ਆਉਂਦਾ ਨਹੀਂ ਵੇ, ਕਦੀ ਵੀ ਨਾ ਰੁੱਠਣਾ ਤੂੰ ਮੁਝ ਸੇ, ਆਪਾਂ ਬਸ ਸਿੱਖਿਆ ਯਾਰ ਨਿਭਾਉਣਾ। ਜਬ ਸੇ ਜੁੜੀ ਹੈ ਜਾਨ ਤੁਝੇ ਸੇ ਓ ਯਾਰਾ ਮੇਰੇ, ਖੈਰ ਮੰਗਦਾ ਮੈਂ ਤੇਰੀ ਰੱਬਾ ਸੇ ਯਾਰਾ, ਖੈਰ ਮੰਗਦਾ ਮੈਂ ਤੇਰੀ। ਸਨੀ ਆਪਣੇ ਚਾਹਨੇ ਵਾਲੋਂ ਕਾ ਸ਼ੁਕਰੀਆ ਅਦਾ ਕਰਨਾ ਵੀ ਨਹੀਂ ਭੁੱਲਤੇ ਹੈ, ਕਿਉਂਕਿ ਉਨਕਾ ਮਾਨਨਾ ਹੈ ਕਿ ਵੇ ਆਜ ਜਿਸ ਮੁਕਾਮ ਪਰ ਹੈ ਉਨਮੇਂ ਉਨਕੇ ਪ੍ਰਸ਼ੰਸਕੋਂ ਕੀ ਦੁਆਓਂ ਕਾ ਵੀ ਹਾਥ ਹੈ। ਸਨੀ ਨੁਸਰਤ ਸਾਹਿਬ ਕੋ ਜਬ ਵੀ ਨਿਭਾਤੇ ਹੈ ਐਸਾ ਲਗਤਾ ਹੈ ਜੈਸੇ ਖੁਦ ਨੁਸਰਤ ਸਾਹਿਬ ਨੇ ਹੀ ਉਨ੍ਹੇ ਸ਼ਿਕਸ਼ਾ ਦੀ ਹੋ। ਸਨੀ ਜਗਾ ਨੀ ਜਾਨੀ ਨੀ ਨੀ ਦਾ ਦਾਨੀ ਜਗਾ ਮਗਾ ਮਗਾ ਸਾ, ਸਨੀ ਜਗਾ ਨੀ ਜਾਨੀ ਨੀ ਨੀ ਦਾ ਨੀ 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 ਦਾ ਦਾਨੀ ਜਗਾ ਮਾਮਾ ਸਗਾ ਮਗਾ ਮਦਾ ਦਾ ਮਦਨੀ ਦਾਨੀ ਜਾਨੀ ਦਾ ਨੀ ਦਾ ਨੀ ਦਾ ਪਾ ਪਦਾ ਮਾ ਮਾ ਬਗਾ ਗਰੇ ਗਾ ਮਗਾ ਪਾ ਮਾ ਗਰੇ। ਉਸਨੇ ਜਾਨਾ ਕੀ ਤਾਰੀਫ ਮੁਮਕਿਨ ਨਹੀਂ, ਉਸਨੇ ਜਾਨਾ ਕੀ ਤਾਰੀਫ ਮੁਮਕਿਨ ਨਹੀਂ। ਆਫਰੀ 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 ਤੂੰ ਵੀ ਦੇਖੇ ਅਗਰ ਤੋ ਕਹੇ ਹਮ ਨਸ਼ੀ। ਆਫਰੀ 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 ਉਸਨੇ ਜਾਨਾ ਕੀ ਤਾਰੀਫ ਮੁਮਕਿਨ ਨਹੀਂ। ਸਨੀ ਹਿੰਦੁਸਤਾਨੀ ਅਬ ਇੰਡੀਅਨ ਆਈਡਲ ਮੇ ਅਗਲੇ ਰਾਊਂਡ ਕੇ ਲੀਏ ਕੁਆਲੀਫਾਈ ਕਰ ਗਏ ਹੈ। ਅਬ ਉਨਕਾ ਫੈਸਲਾ ਦੇਸ਼ ਕੀ ਜਨਤਾ ਕਰੇਗੀ। ਜਨਤਾ ਕੀ ਦੀਏ ਗਏ ਵੋਟ ਹੀ ਉਨ੍ਹੇ ਇਸ ਕਾਰਯਕ੍ਰਮ ਕਾ ਵਿਜੇਤਾ ਯਾਨੀ ਅਗਲਾ ਇੰਡੀਅਨ ਆਈਡਲ ਬਣਾ ਸਕਤੇ ਹੈ। ਹਮ ਉਮੀਦ ਕਰਤੇ ਹੈ ਕਿ ਜਿਸ ਤਰ੍ਹਾਂ ਸੇ ਸਨੀ ਦਰਸ਼ਕੋ ਕਾ ਦਿਲ ਜੀਤਨੇ ਮੇ ਕਾਮਯਾਬ ਹੋਏ ਹੈ, ਵੇ ਇਸ ਪ੍ਰੋਗਰਾਮ ਮੇ ਆਗੇ ਵੀ ਬਿਹਤਰ ਹੀ ਕਰਦੇ ਰਹੇਂਗੇ। ਅਗਰ ਆਪਕੋ ਹਮਾਰੀ ਅਪਡੇਟ ਪਸੰਦ ਆਈ ਹੋ ਤੋ ਹਮਾਰੇ ਚੈਨਲ ਕੋ ਲਾਈਕ ਸਬਸਕ੍ਰਾਈਬ ਔਰ ਸ਼ੇਅਰ ਕਰਨਾ ਬਿਲਕੁਲ ਨਹੀਂ ਭੁਲੀਏਗਾ। ਧੰਨਵਾਦ। अगर आपको हमारे वीडियोस पसंद आए तो प्लीज़ लाइक करें, सब्सक्राइब करें और शेयर करें।